अब जिहड़ियां इत्थे हथियार प्रदर्शित किए गए मुगल काल तो लैके ब्रिटिश काल तक जिन्नियां लड़ाइया हुई उस किदां दे हथियार वरते गए जिन्हां दे हथियारां दे नाल असीं मुगलां दे जुल्म दा टाकरा किया गुरु साहब ने किया। उस तो बाद फिर महाराजा रणजीत सिंह दा राज आया उदों लड़ाइया हुई एंग्लो सिख वार तक किहड़े किहड़े शस्त्र वरते गए। पटियाला की जिहड़ी रियासत सी पटियाला की अपनी फौज सी उहदे सिपाही दा उत्ते नंबर भी लिखा होया 163 नंबर सिपाही उहदा ये तलवार है। ये पटियाला रियासत की अपनी तलवार है। एंग्लो सिख वार च जिहड़ियां तलवारां वरती गईयां ये उत्थे प्रदर्शित कीतियां गईयां। ਬੰਦੂਕਾਂ ਹੁੰਦੀਆਂ ਸੀ ਫਲਿੰਟ ਲੋਕ ਮੈਚ ਲੋਕ ਮਸਕਟ ਗਨਸ ਉਹਦੇ ਵਿੱਚ ਬਰੂਦ ਭਰਨ ਲਈ ਇਹਨੂੰ ਵਰਤਿਆ ਜਾਂਦਾ ਸੀ। ਅਤੇ ਮੈਨੂੰ ਪਿਛਲੇ 35 ਸਾਲ ਤੋਂ ਇਕੱਠੇ ਕਰਦਿਆਂ ਸ਼ੌਂਕ ਵੀ ਹੈ ਅਤੇ ਮੇਰਾ ਇੱਕ ਸੁਪਨਾ ਵੀ ਹੈ ਕਿ ਇੱਕ ਮੈਂ ਇੱਕ ਸਿੱਖ ਅਜਾਇਬ ਘਰ ਬਣਾ ਸਕਾਂ। ਇਤਿਹਾਸ ਮੁਤਾਬਕ ਕਿਰਪਾਨਾਂ ਦੀ ਜਿਹੜੀ ਹੈ ਬਹੁਤ ਮਹੱਤਤਾ ਹੈ। ਜੇਕਰ ਪਟਿਆਲਾ ਦੀ ਗੱਲ ਕੀਤੀ ਜਾਵੇ ਫੈਸਟੀਵਲ ਚੱਲ ਰਿਹਾ ਜਿਹਦੇ ਵਿੱਚ ਵਿਸ਼ੇਸ਼ ਤੌਰ 'ਤੇ ਪ੍ਰਦਰਸ਼ਨੀ ਜਿਹੜੀ ਹੈ ਉਹ ਲੱਗੀ ਹੋਈ ਹੈ। ਪਹਿਲਾਂ ਤੁਹਾਨੂੰ ਤਸਵੀਰ ਦਿਖਾ ਦਈਏ ਅਜਿਹੀਆਂ ਦੁਰਲੱਭ ਕਿਰਪਾਨਾਂ ਨੇ ਜੋ ਕਿ ਇੱਕ ਵਿਲੱਖਣ ਜਿਹੜਾ ਇਤਿਹਾਸ ਜਿਹੜਾ ਜਾਣੂ ਕਰਵਾਉਂਦੀਆਂ ਨੇ ਜਿਨ੍ਹਾਂ ਵੱਲੋਂ ਪ੍ਰਦਰਸ਼ਨੀ ਲਗਾਈ ਗਈ। ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਉਹਨਾਂ ਵੱਲੋਂ ਜਿਹੜਾ ਵੱਡਾ ਖਜ਼ਾਨਾ ਜਿਹੜਾ ਰੱਖਿਆ ਹੋਇਆ ਜੋ ਕਿ ਪ੍ਰਦਰਸ਼ਨੀ ਦੇ ਵਿੱਚ ਲੋਕਾਂ ਨੂੰ ਦਿਖਾ ਰਹੇ ਨੇ। ਸੋ ਅਸੀਂ ਗੱਲਬਾਤ ਵੀ ਕਰਾਂਗੇ ਕਿਉਂਕਿ ਪਹਿਲਾਂ ਵੀ ਅਸੀਂ ਜਿਹੜਾ ਤੁਹਾਨੂੰ ਉਹਨਾਂ ਦੀਆਂ 3-4 ਸਟੋਰੀਆਂ ਦਿਖਾਈਆਂ ਨੇ ਇਸੇ ਤਰ੍ਹਾਂ ਜਿਹੜੀ ਇਹ ਸਟੋਰੀ ਹੈ ਉਹ ਅਸੀਂ ਪੂਰੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਵਾਹਿਗੁਰੂ ਜੀ ਖਾਲਸਾ ਫਤਿਹ ਜੀ। ਖਾਲਸਾ ਵੀਰ ਫਤਿਹ ਜੀ। ਗੱਲ ਕੀਤੀ ਜਾਵੇ ਇਸ ਦੁਰਲੱਭ ਕਿਰਪਾਨਾਂ ਦੀ ਵਿਸਥਾਰਪੂਰ ਥੋੜ੍ਹੀ ਜਾਣਕਾਰੀ ਦਿੱਤੀ ਜਾਵੇ ਕਿਹੜੀ ਕਿਰਪਾਨ ਕੀ ਹੈ ਅਤੇ ਕੀ ਮਹੱਤਤਾ ਉਹਦੀ? ਹਾਂਜੀ, ਅੱਜ ਜਿਹੜੀਆਂ ਇੱਥੇ ਹਥਿਆਰ ਪ੍ਰਦਰਸ਼ਿਤ ਕੀਤੇ ਗਏ ਉਹ ਮੁਗਲ ਕਾਲ ਤੋਂ ਲੈ ਕੇ ਬ੍ਰਿਟਿਸ਼ ਕਾਲ ਤੱਕ ਜਿੰਨੀਆਂ ਲੜਾਈਆਂ ਹੋਈਆਂ ਉਹ 'ਚ ਕਿੱਦਾਂ ਦੇ ਹਥਿਆਰ ਵਰਤੇ ਗਏ, ਕਿਉਂਕਿ ਇਹ ਮਿਲਟਰੀ ਲਿਟਰੇਚਰ ਫੈਸਟੀਵਲ ਹੈ ਅਤੇ ਪਹਿਲੀ ਮਿਲਟਰੀ ਜਿਹੜੀ ਹੈ ਖਾਲਸਾ ਮਿਲਟਰੀ ਗਵਰਨਮੈਂਟ ਸੀ ਜਿਨ੍ਹਾਂ ਦੇ ਹਥਿਆਰਾਂ ਦੇ ਨਾਲ ਅਸੀਂ ਮੁਗਲਾਂ ਦੇ ਜ਼ੁਲਮ ਦਾ ਟਾਕਰਾ ਕੀਤਾ ਗੁਰੂ ਸਾਹਿਬ ਨੇ ਕੀਤਾ। ਉਸ ਤੋਂ ਬਾਅਦ ਫਿਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਉਦੋਂ ਲੜਾਈਆਂ ਹੋਈਆਂ ਅਤੇ ਐਂਗਲੋ ਸਿੱਖ ਵਾਰ ਤੱਕ ਕਿਹੜੇ ਕਿਹੜੇ ਸ਼ਸਤਰ ਵਰਤੇ ਗਏ ਅੱਜ ਇੱਥੇ ਡਿਸਪਲੇ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸਾਰੀ ਜਾਣਕਾਰੀ ਲਈ ਹੈ ਵੀ ਕਿਹੜੀ ਕਿਹੜੀ ਕਿਰਪਾਨ ਕਿਹੜੇ ਕਿਹੜੇ ਸੰਦ ਸੀ ਅਤੇ ਕੀ ਉਹਦੀ ਮਹੱਤਤਾ ਕੀ ਹੈ? ਇਹ ਸ਼ਮਸ਼ੀਰ ਹੈ, ਇਹਦਾ ਬਲੇਡ ਬਿਲਕੁਲ ਗੋਲ ਹੁੰਦਾ, ਇਹਦੇ ਹੈਂਡਲ ਜਿਹੜਾ ਚਾਂਦੀ ਦਾ ਬਣਿਆ ਹੋਇਆ ਓਪਨ ਹੈਂਡਲ ਹੈ ਔਰ ਇਹ ਬਲੋਚਿਸਤਾਨ ਦੀ ਹੈ। ਇਹ ਮੇਰੀ ਆਪਣੀ ਫੈਮਿਲੀ ਦੀ ਸੌਡ ਹੈ ਕਿਉਂਕਿ ਮੇਰੇ ਗ੍ਰੈਂਡਫਾਦਰ ਦੀ ਹੈ, ਉਹ ਬਲੋਚਿਸਤਾਨ 'ਚ ਅਪੁਆਇੰਟਡ ਸੀਗੇ। ਇਹ ਉਹਨਾਂ ਦੀ ਹੈ, ਉਹਨਾਂ ਦੇ ਸਾਰਾ ਮਿਆਨ 'ਤੇ ਵੀ ਚਾਂਦੀ ਦਾ ਕੰਮ ਕੀਤਾ ਗਿਆ ਅਤੇ ਹੈਂਡਲ ਵੀ ਚਾਂਦੀ ਦਾ ਬਣਿਆ ਹੋਇਆ। ਇਹ 100 ਸਾਲ ਤੋਂ ਜ਼ਿਆਦਾ ਪੁਰਾਣੀ ਹੈ। ਖੰਡਾ ਅਸੀਂ ਆਮ ਤੌਰ 'ਤੇ ਦੇਖਦੇ ਹਾਂ, ਦੋ ਧਾਰੀ ਖੰਡੇ ਦਾ ਜ਼ਿਕਰ ਆਉਂਦਾ। ਇੱਥੇ ਦੋ ਖੰਡੇ ਪ੍ਰਦਰਸ਼ਿਤ ਕੀਤੇ ਗਏ ਜਿਹ 'ਚ ਇੱਕ ਦੀ ਦੋਨੇ ਪਾਸੇ ਧਾਰ ਹੈ, ਇਹ ਦੋ ਧਾਰੀ ਖੰਡ ਹੈ ਅਤੇ ਇੱਕ ਇੱਕ ਪਾਸੇ ਧਾਰ ਹੈ, ਇਹ ਇੱਕ ਧਾਰੀ ਖੰਡ ਹੈ। ਉਸ ਤੋਂ ਅੱਗੇ ਖੈਬਰ ਆ ਜਾਂਦਾ। ਖੈਬਰ ਜਿਹੜਾ ਪਾਕਿਸਤਾਨ ਤੋਂ ਜਦੋਂ ਇਨਵੇਡਰ ਐਂਟਰ ਕਰਦੇ ਸੀ ਖੈਬਰ ਦਰੇ ਤੋਂ, ਅਤੇ ਉਹ ਇਹ ਉਸ ਇਲਾਕੇ ਦਾ ਹਥਿਆਰ ਹੋਣ ਕਰਕੇ ਇਹਦਾ ਨਾਂ ਹੀ ਖੈਬਰ ਹੈ। ਖੈਬਰ ਦੀ ਗੱਲ ਕੀਤੀ ਜਾਵੇ ਪਾਕਿਸਤਾਨ ਦੀ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ। ਸੋ ਤਸਵੀਰ ਤੁਸੀਂ ਦੇਖ ਰਹੇ ਹੋ ਇੱਕ ਦੁਰਲੱਭ ਜਿਹੜੀ ਹੈ ਉਹ ਤਸਵੀਰ ਆ ਉਹ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਬਹੁਤ ਵੱਡਾ ਜਿਹੜਾ ਖਜ਼ਾਨਾ ਇਹਨਾਂ ਵੱਲੋਂ ਜਿਹੜਾ ਰੱਖਿਆ ਗਿਆ ਅਤੇ ਲੋਕਾਂ ਨੂੰ ਜਿਹੜਾ ਉਹ ਵਿਸਥਾਰਪੂਰਕ ਜਾਣਕਾਰੀ ਵੀ ਦੇ ਰਹੇ ਨੇ। ਸੋ ਅਸੀਂ ਗੱਲਬਾਤ ਵੀ ਕਰਾਂਗੇ ਸਰ। ਇਹ ਸਰ ਅੱਗੇ ਆਪਾਂ ਥੋੜ੍ਹੀ ਜਿਹੜੀ ਸਰ ਜਾਣਕਾਰੀ ਅੱਗੇ ਦਿੱਤੀ ਜਾਵੇ ਕੀ ਹੋਰ ਕੀ ਹੈ ਤੁਹਾਡੇ ਕੋਲ? ਕੀ ਹੈ ਜੀ ਇਹ ਵੈਪਨ ਜਿਹੜਾ, ਇਹਦਾ ਬਲੇਡ ਜਿਹੜਾ ਐਸ ਟਾਈਪ ਹੁੰਦਾ, ਮਤਲਬ ਆਮ ਬਲੇਡ ਆਪਾਂ ਦੇਖਦੇ ਹਾਂ ਸਿੱਧਾ ਜਾ ਕੇ ਅੱਗੋਂ ਬੈਂਡ ਹੁੰਦਾ, ਇਹਦਾ ਬਲੇਡ ਦੋ ਐਂਗਲ ਹੁੰਦੇ ਇਹਦੇ ਵਿੱਚ, ਇੱਦਾਂ ਡਿਫਰੈਂਟ ਅੱਗੇ ਤੇਗ ਆ ਜਾਂਦੀ ਹੈ। ਤੇਗ 'ਚ ਕੀ ਹੈ ਕਿ ਉਹਦਾ ਬਲੇਡ ਪਿੱਛੋਂ ਘੱਟ ਚੌੜਾ, ਅੱਗੇ ਜਾ ਕੇ ਜ਼ਿਆਦਾ ਚੌੜਾ ਹੋ ਜਾਂਦਾ, ਇਹਨੂੰ ਤੇਗ ਕਹਿੰਦੇ। ਅਤੇ ਜਿਹੜਾ ਇਸ ਤੋਂ ਅਗਲਾ ਵਰਜ਼ਨ ਹੈ ਉਹਦਾ ਤੇਗਾ ਹੁੰਦਾ, ਇਹ ਸਿੱਖ ਵੈਪਨ ਹੈ ਤੇਗਾ, ਜਿਹਦਾ ਬਿਲਕੁਲ ਬਲੇਡ ਅੱਗੋਂ ਬਹੁਤ ਜ਼ਿਆਦਾ ਫਲ ਚੌੜਾ ਹੈ ਔਰ ਇਹਦੇ ਸਾਰੇ ਹੈਂਡਲ ਦੇ ਉੱਤੇ ਚਾਂਦੀ ਦੀ ਅੱਗੇ ਨਿਕਾਸ਼ੀ ਕੀਤੀ ਗਈ, ਕੋਫਤਕਾਰੀ ਦਾ ਕੰਮ ਬਹੁਤ, ਫੁੱਲ ਬੂਟੇ ਚਾਂਦੀ ਦੇ ਬਣਾਏ ਗਏ ਆ। ਇਹਦਾ ਪੀਰੀਅਡ ਜਿਹੜਾ ਇਹ 300 ਸਾਲ ਦੇ ਕਰੀਬ ਪੀਰੀਅਡ ਹੈ ਇਹਦਾ। 300 ਸਾਲ ਦੀ ਪੁਰਾਣੀ ਜੜ ਗਈ ਹੈ ਇਹ, 300 ਸਾਲ ਪੁਰਾਣੀ। ਸੋ ਬਿਲਕੁਲ ਤੁਸੀਂ ਤਸਵੀਰ ਜਿਹੜੀ ਦੇਖ ਰਹੇ ਹੋ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਜਿਹੜੀ ਹੈ 300 ਸਾਲ ਪੁਰਾਣੀ ਜਿਹੜੀ ਹੈ ਇਹ ਦੁਰਲੱਭ ਜਿਹੜੀ ਕਿਰਪਾਨ ਆ ਉਹ ਇੱਥੇ ਤੇਗਾ ਉਹ ਇੱਥੇ ਮੌਜੂਦ ਹੈ। ਉਸ ਤੋਂ ਇਲਾਵਾ ਕਈ ਜਿਹੜੀਆਂ ਨੇ ਹੋਰ ਚੀਜ਼ਾਂ ਵੀ ਜਿਹੜੀਆਂ ਮੌਜੂਦ ਨੇ। ਸੋ ਅਸੀਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ। ਦੋ ਤਰ੍ਹਾਂ ਦੀ ਇੱਥੇ ਰੱਖੀ ਗਈ, ਇੱਕ ਲੜਾਈ ਵਾਲੀ ਕਿਰਚ ਹੈ ਜਿਹੜੀ ਕਿ ਸਿਆਲਕੋਟ ਦੀ, ਪਾਕਿਸਤਾਨ ਅੱਲਾ ਦਿੱਤਾ ਫਜ਼ਲ ਰਾਹੀਂ ਕੰਪਨੀ ਸਿਆਲਕੋਟ, ਬਹੁਤ ਰੇਅਰ ਕਿਰਚ ਹੈ। ਉਸ ਤੋਂ ਬਰੇਲੀ ਦੀ ਕਿਰਚ ਵੀ ਹੈ, ਇੱਕ ਵਿਲਕਿਨਸਨ ਸੌਡ ਕੰਪਨੀ ਲੰਡਨ ਦੀ ਬਣੀ ਹੋਈ ਹੈ, ਜੇ ਅਤੇ ਇੰਗਲੈਂਡ ਦੇ ਜਿਹੜੇ ਉਸ ਟਾਈਮ 'ਤੇ ਕਿੰਗ ਦਾ ਜੋਰਜ ਦਾ ਇਨਸਿਗਨੀਆ ਬਣਿਆ ਅਤੇ ਇੰਗਲੈਂਡ ਦਾ ਤਾਜ ਬਣਿਆ ਹੋਇਆ। ਤੁਸੀਂ ਦੇਖ ਰਹੇ ਹੋ ਇੰਗਲੈਂਡ ਦੇ ਕਿੰਗ ਦਾ ਜਿਹੜਾ ਤਾਜ ਆ ਉਹ ਇਸ ਕਿਰਚ ਦੇ ਉੱਪਰ ਜਿਹੜਾ ਤਸਵੀਰ ਦੀ ਟੈਪ ਜਿਹੜਾ ਬਣਾਇਆ ਹੋਇਆ। ਸੋ ਤਸਵੀਰ ਤੁਸੀਂ ਜਿਹੜੀ ਹੈ ਲਗਾਤਾਰ ਅਸੀਂ ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਦੇ ਰਾਹੀਂ ਦਿਖਾ ਰਹੇ ਹਾਂ ਜੀ। ਬਿਲਕੁਲ ਜੀ। ਇਸ ਤੋਂ ਅੱਗੇ ਪਟਿਆਲਾ ਰਿਆਸਤ ਦੀ ਤਲਵਾਰ ਆ ਜਾਂਦੀ ਹੈ। ਪਟਿਆਲਾ ਦੀ ਜਿਹੜੀ ਰਿਆਸਤ ਸੀ, ਪਟਿਆਲਾ ਦੀ ਆਪਣੀ ਫੌਜ ਸੀ, ਉਹਦੇ ਸਿਪਾਹੀ ਦਾ ਉੱਤੇ ਨੰਬਰ ਵੀ ਲਿਖਿਆ ਹੋਇਆ 163 ਨੰਬਰ ਸਿਪਾਹੀ ਉਹਦਾ ਇਹ ਤਲਵਾਰ ਹੈ। ਇਹ ਪਟਿਆਲਾ ਰਿਆਸਤ ਦੀ ਆਪਣੀ ਤਲਵਾਰ ਹੈ। ਇਸ ਤੋਂ ਬਾਅਦ ਇਹ ਤਲਵਾਰ ਰੱਖੀ ਗਈ ਹੈ ਜਿਹੜੀ ਕਿ ਇਹ ਤਲਵਾਰ ਰਾਮਪੁਰ ਸਟੇਟ ਜਿਹੜੀ ਮਲੇਰਕੋਟਲਾ ਦੇ ਨਵਾਬ ਦੇ ਇਨਲੋਜ ਸੀਗੇ, ਰਾਮਪੁਰ ਦੇ ਨਵਾਬ, ਉਹਨਾਂ ਦੇ ਇੱਥੇ ਫਾਰਸੀ 'ਚ ਲਿਖਿਆ ਰਿਆਸਤ ਰਾਮਪੁਰ। ਫਾਰਸੀ ਦੇ ਵਿੱਚ ਜਿਹੜਾ ਰਿਆਸਤ ਰਾਮਪੁਰ ਜਿਹੜਾ ਉਹਦੇ ਉੱਪਰ ਲਿਖਿਆ ਪਿਆ
क्योंकि अजिंह जड़िया दुर्लभ चीज़ा ने इन्हों वालों बड़े सत्कार गया सारे हैंडल जी। उस तो बाद जिदा ब्रिटिश पीरियड आया उन्हों तलवार आई जिन्होंने फिरंगिया कहने ज तलवार कृपाना जड़िया लड़ाइया एंग्लो सिख वार तलवार वरती गई ये उत्थे प्रदर्शित की गई। फिरंगी की गल की आवे साहब की गल की आवे जो अनेक जड़िया चीज़ा ने इन्हों वालों तैयार किया गया गुरज सो ये अजिंह चीज़ा ने दुर्लभ जो देखने को नहीं मिलती उस तेन चढ़ती कला टाइम टीवी के माध्यम राही दिखा रहे हैं। जिहड़ा कि लोहे के टोप ज हैलमेट तोड़न लई वरत्या जाता सी अगों सीधा भी मारिया जा सकता है ये सिर पर मार के टोप तोड़े जाते थे इदा ही जिहड़ा हिंदू मिथोलॉजी के एक गदा जिन्हों कहिंदे गुरज ये लकड़ी की गदा पर यह बहुत अगों हैवी है भी ये जिते भी सिर च मार के पूरे सिर न खोल सकती है इन्ना ही हैवी यदा वेट है ये गदा ये लकड़ी की गदा है जी। ਇੱਦਾਂ ਇਹ ਟੱਕੂ ਹੈ ਜਿਹੜਾ ਪੰਜਾਬ ਦਾ ਹਥਿਆਰ ਹੈ ਪਿੰਡੂ ਆਮ ਜੀਵਨ ਪਿੰਡੂ ਪਿੰਡੂਆਂ ਦਾ ਤਿਹਾਰ ਜਿਹੜੇ ਕਿ ਪਿੰਡੂ ਜਿਹੜੇ ਨੇ ਖਾਸ ਤੌਰ 'ਤੇ ਟੱਕੂ ਦੀ ਵਰਤੋਂ ਜਿਹੜੀ ਹੈ ਬਹੁਤ ਜ਼ਰੂਰ ਕਰਦੇ ਸੀ ਕਿਉਂਕਿ ਟੱਕੂ ਦਾ ਟੱਕੂਆ ਖੜ ਕੇ ਅਕਸਰ ਹੀ ਆਪਾਂ ਇੱਕ ਗਾਣ ਦੇ ਵਿੱਚ ਵੀ ਜਿਹੜਾ ਇਸ ਨੂੰ ਵਰਤਦੇ ਹਾਂ ਵੈਪਨ ਹੈ ਜੀ ਦੇਖਣ ਨੂੰ ਸੋਟੀ ਲੱਗਦੀ ਜਦੋਂ ਮੈਂ ਸੈਰ ਕਰਨ ਲਈ ਆਪਾਂ ਜਾਂਦੇ ਹਾਂ ਹੱਥ 'ਚ ਸੋਟੀ ਹੁੰਦੀ ਹੈ ਪਰ ਇਨ ਕੇਸ ਆਫ ਐਮਰਜੈਂਸੀ ਇਹਨੂੰ ਅਸੀਂ ਵਿੱਚੋਂ ਕੱਢ ਕੇ ਹਥਿਆਰ ਦੇ ਤੌਰ 'ਤੇ ਯੂਜ਼ ਕਰ ਸਕਦੇ ਹਾਂ ਗੁਪਤ ਹਥਿਆਰ ਹੋਣ ਕਰਕੇ ਇਹਦਾ ਨਾਂ ਹੀ ਗੁਪਤੀ ਹੈ। ਸੋ ਬਿਲਕੁਲ ਜਿਹੜੀਆਂ ਗੁਪਤੀਆਂ ਨਿਕਲਦੀਆਂ ਸੀ ਇਹ ਸਾਰੀਆਂ ਗੁਪਤੀਆਂ ਇਹ ਹਥਿਆਰ ਜਾਂਬੀ ਹੈ ਜੀ ਇਹ ਓਮਾਨ ਦੇਸ਼ ਦਾ ਹਥਿਆਰ ਹੈ ਅਰਬੀ ਹਥਿਆਰ ਹੈ ਇਹ ਉੱਥੋਂ ਦੇ ਲੋਕ ਆਪਣੇ ਨਾਲ ਕੈਰੀ ਵੀ ਕਰਦੇ ਆ ਇਹ ਉਹਨਾਂ ਦਾ ਰਾਜਸੀ ਸਿੰਬਲ ਵੀ ਹੈ ਇਹਦੇ ਵਿੱਚੋਂ ਇਦਾਂ ਹੀ ਬਲੇਡ ਨਿਕਲਦਾ ਹੈ ਇਹ ਜਿਵੇਂ ਸਾਡੀ ਤਲਵਾਰ ਇਹ 'ਤੇ ਨਕਾਸ਼ੀ ਕੀਤੀ ਗਈ ਹੈ। ਹਾਂਜੀ ਇਹ ਸੰਗੀਨ ਹੈ ਜੀ ਜਿਹੜੀ ਜਦੋਂ ਗੋਲੀ ਸਿੱਕਾ ਖਤਮ ਹੋ ਜਾਂਦਾ ਸੀ ਅਤੇ ਇਹ ਸੰਗੀਨ ਆਹਮੋ ਸਾਹਮਣੇ ਦੀ 1-to-1 ਫਾਈਟ ਦੇ ਵਿੱਚ ਵਰਤੀ ਬੰਦੂਕ ਦੇ ਅੱਗੇ ਲੱਗ ਜਾਂਦੀ ਸੀ ਇਹ ਆਹਮੋ ਸਾਹਮਣੇ ਦੀ ਲੜਾਈ 'ਚ ਵਰਤੀ ਜਾਂਦੀ ਸੀ। ਇੱਦਾਂ ਹੀ ਇਹ ਕਟਾਰਾਂ ਨੇ ਕਟਾਰ ਜਿਹੜੀ ਹੈ ਇੱਦਾਂ ਹੱਥ 'ਚ ਪਾ ਕੇ ਸਿੱਧੀ ਮਾਰੀ ਜਾਂਦੀ ਸੀ ਜਿਹੜੀ ਜਿਹੜੇ ਬਖਤਰ ਨੂੰ ਕੱਟਣ ਲਈ ਵਰਤੀ ਜਾਂਦੀ ਸੀ ਇਹ ਹੈਦਰਾਬਾਦ ਦੀ ਦੱਖਣੀ ਕਟਾਰ ਹੈ। ਇੱਦਾਂ ਹੀ ਇੱਥੇ ਪੰਜਾਬ ਦੀਆਂ ਜਿਹੜੀਆਂ ਕਟਾਰਾਂ ਉਹ ਵੀ ਦਿਖਾਈਆਂ ਗਈਆਂ ਰਕਾਬ ਹੈ ਜਿਹ 'ਚ ਘੋੜੇ 'ਤੇ ਚੜ੍ਹਨ ਲੱਗਿਆ ਪੈਰ ਰੱਖ ਕੇ ਸੀ ਚੜ੍ਹਦੇ ਇਹ ਤਬਰ ਹੈ ਤਬਰ ਸਫਾ ਜੰਗ ਜਿਹੜੇ ਇਹ ਕੁਹਾੜੇ ਬੈਟਲ ਐਕਸ ਦਾ ਅਗਲਾ ਵਰਜਨ ਜਿਹੜਾ ਅਰਲੀ ਵਰਜਨ ਇਹ ਸਫਾ ਜੰਗ ਹੈ। ਇੱਦਾਂ ਹੀ ਗੰਡਾਸਾ ਜਿਹੜਾ ਕਿ ਆਮ ਅਸੀਂ ਪੰਜਾਬੀ ਭਾਸ਼ਾ 'ਚ ਗੰਡਾਸਾ ਸੁਣਦੇ ਹਾਂ ਅੰਕੁਸ਼ ਜਿਹੜਾ ਕਿ ਹਾਥੀ ਨੂੰ ਕੰਟਰੋਲ ਕਰਨ ਲਈ ਮਹਾਵਤ ਜਿਹੜੇ ਹੈ ਉਹ ਇਸ ਅੰਕੁਸ਼ ਨੂੰ ਵਰਤਦੇ ਸੀ ਇਹ ਉੱਤੇ ਹਾਥੀ ਵੀ ਬਣਿਆ ਹੋਇਆ। ਆਪਣੇ ਕੈਮਰਾਮੈਨ ਨੂੰ ਕਹੋ ਬੜੇ ਜਿਹੜੇ ਤਰੀਕੇ ਨਾਲ ਤਸਵੀਰਾਂ ਦਿਖਾਈਆਂ ਜਾਣ ਕਿਉਂਕਿ ਜਿਹੜਾ ਲੋਕਾਂ ਨੂੰ ਬੜਾ ਤਰੀਕੇ ਨਾਲ ਸਮਝ ਆ ਚੁੱਕਿਆ ਵੀ ਇਹ ਹੈ ਕੀ ਚੀਜ਼ ਹੈ। ਇਹ ਖੁਖਰੀ ਜਿਹੜੀ ਕਿ ਗੋਰਖਾ ਰੈਜੀਮੈਂਟ ਵੱਲੋਂ ਅੱਜ ਵੀ ਇੰਡੀਅਨ ਆਰਮੀ 'ਚ ਗੋਰਖਾ ਰੈਜੀਮੈਂਟ ਦਾ ਸਿੰਬਲ ਹੈ। ਬਿੱਛੂਆ ਜਿਹੜਾ ਕਿ ਉਹਦਾ ਜਿਹੜਾ ਅਗਲਾ ਬਲੇਡ ਹੈ ਉਹ ਬਿੱਛੂ ਦੇ ਡੰਗ ਵਾਂਗੂ ਮੁੜਿਆ ਹੁੰਦਾ ਇਸ ਕਰਕੇ ਇਹਨੂੰ ਬਿੱਛੂਆ ਕਿਹਾ ਜਾਂਦਾ। ਹਾਂਜੀ ਇਹ ਅਲੱਗ ਅਲੱਗ ਬਿੱਛੂਏ ਦੇ ਕਿਸਮਾਂ ਦਿਖਾਈਆਂ ਗਈਆਂ ਨੇ ਜਾਵੇ ਬਿੱਛੂਆਂ ਦੀਆਂ ਅਲੱਗ ਅਲੱਗ ਕਿਸਮਾਂ ਨੇ ਸੋ ਵੀ ਜਿਹੜਾ ਇੱਥੇ ਸਜਾ ਕੇ ਰੱਖੀ ਹੋਣੇ ਨੇ ਕਿਉਂਕਿ ਲੋਕ ਜਿਹੜੇ ਨੇ ਦੂਰ ਦੁਰਾਡੇ ਤੋਂ ਦੇਖਣ ਵਾਸਤੇ ਆ ਰਹੇ ਨੇ ਕਿਉਂਕਿ ਜੇਕਰ ਚੀਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਬਿਸ਼ਕਬਾ ਜੀ ਇੱਕ ਰਾਨੀ ਹਥਿਆਰ ਹੈ ਪਰ ਇਹ ਬਾਅਦ 'ਚ ਸਿੱਖਾਂ ਨੇ ਅਤੇ ਰਾਜਪੂਤਾਂ ਨੇ ਵੀ ਵਰਤਿਆ ਇਹਦੇ 'ਤੇ ਹਾਥੀ ਦੰਦ ਦਾ ਹੈਂਡਲ ਹੈ ਕੁਛ ਪੇਸ਼ਕਬਾ ਜਾਂਦੇ ਜਿਹਨਾਂ 'ਤੇ ਹਿਰਨ ਦੇ ਸਿੰਘ ਦਾ ਹੈਂਡਲ ਲੱਗਿਆ ਹੁੰਦਾ। ਇਹ ਕਿਰਪਾ ਬਰਛਾ ਜਿਹੜਾ ਸੋਟੀ ਦੇ ਅੱਗੇ ਲੱਗਦਾ ਸੀ ਇਹਦੇ ਥੱਲੇ ਸੁੰਮ ਲੱਗ ਜਾਂਦੀ ਸੀ ਇਹ ਉੱਤੇ ਬਰਛਾ ਇੱਦਾਂ ਲਗਾ ਕੇ ਇਹ ਮਾਰਿਆ ਜਾਂਦਾ ਸੀ। ਇੱਦਾਂ ਇਹਦੀਆਂ ਬਰਛੇ ਦੀਆਂ ਅਲੱਗ ਅਲੱਗ ਇੱਥੇ ਕਿਸਮਾਂ ਦਿਖਾਈਆਂ ਗਈਆਂ ਕਿਰਪਾ ਬਰਛਾ ਬਰਛਾ ਨੇਜ਼ਾ ਵੀ ਰੱਖਿਆ ਗਿਆ ਜਿਹੜਾ ਕਿ ਛੱਡ ਕੇ ਵੀ ਮਾਰਿਆ ਜਾ ਸਕਦਾ ਅਤੇ ਸਿੱਧਾ ਵੀ ਮਾਰਿਆ ਜਾ ਸਕਦਾ ਹੱਥ ਨਾਲ। ਅੱਗੋਂ ਜਿਹੜੀ ਕਿਰਪਾਨਾਂ ਛੋਟੀਆਂ ਕਿਰਪਾਨਾਂ ਦੀਆਂ ਕਿਸਮਾਂ ਖੰਜਰ ਨੇ ਖੰਜਰਲੀ ਚਾਕੂ ਇਹ ਬਰੂਦਦਾਨੀ ਹੈ ਜਿਹੜੀ ਕਿ ਗੱਲ ਕੀਤੀ ਬੰਦੂਕਾਂ ਹੁੰਦੀਆਂ ਸੀ ਫਲਿੰਟ ਲੋਕ ਮੈਚ ਲੋਕ ਮਸਕਟ ਗੰਸ ਉਹਦੇ ਵਿੱਚ ਬਰੂਦ ਭਰਨ ਲਈ ਇਹਨੂੰ ਵਰਤਿਆ ਜਾਂਦਾ ਸੀ ਇਹਦੇ 'ਚ ਬਰੂਦ ਭਰ ਕੇ ਲੱਕ ਨਾਲ ਟੰਗਿਆ ਜਾਂਦਾ ਸੀ ਅਤੇ ਪਿਸਤੌਲਾਂ 'ਚ ਬਰੂਦ ਭਰਨ ਦੇ ਕੰਮ ਆਉਂਦੀ ਸੀ। ਤੁਸੀਂ ਇੰਨੀਆਂ ਚੀਜ਼ਾਂ ਦਿਖਾਈਆਂ ਦੁਰਲੱਭ ਚੀਜ਼ਾਂ ਨੇ ਕਿੰਨਾ ਕੁ ਸਮਾਂ ਲੱਗਾ ਸਾਰੀਆਂ ਚੀਜ਼ਾਂ ਇਕੱਠੀਆਂ ਕਰਨ ਲਈ ਫਿਰ ਇਕੱਠੀਆਂ ਕਿਵੇਂ ਕੀਤੀਆਂ? ਮੈਨੂੰ ਜਿੱਥੋਂ ਵੀ ਪਤਾ ਲੱਗਦਾ ਕਿਸੇ ਐਂਟੀਕ ਡੀਲਰਸ ਕੋਲੋਂ ਜਾਂ ਕਿਤੇ ਆਕਸ਼ਨ ਹਾਊਸ 'ਚੋਂ ਜਾਂ ਕਈ ਪਰਿਵਾਰ ਜਿਹੜੇ ਜਿਨ੍ਹਾਂ ਦੇ ਬਜ਼ੁਰਗ ਲੜਾਈਆਂ 'ਚ ਭਾਗ ਲੈਂਦੇ ਰਹੇ ਗੁਰੂ ਸਾਹਿਬ ਦੀਆਂ ਫੌਜਾਂ 'ਚ ਵੀ ਬਾਅਦ 'ਚ ਬ੍ਰਿਟਿਸ਼ ਆਰਮੀ 'ਚ ਵੀ ਉਹਨਾਂ ਦੇ ਘਰਾਂ 'ਚੋਂ ਇਹ ਸਾਨੂੰ ਹਥਿਆਰ ਮਿਲਦੇ ਆ ਬਹੁਤ ਸਾਰੇ ਹਥਿਆਰ ਬਹੁਤ ਮੁੱਲ ਦੇ ਕੇ ਤਾਰ ਲੈਣੇ ਪੈਂਦੇ ਆ ਅਤੇ ਮੈਨੂੰ ਪਿਛਲੇ 35 ਸਾਲ ਤੋਂ ਇਕੱਠੇ ਕਰਦੇ ਆ ਸ਼ੌਂਕ ਵੀ ਹੈ ਅਤੇ ਮੇਰਾ ਇੱਕ ਸੁਪਨਾ ਵੀ ਹੈ ਕਿ ਇੱਕ ਮੈਂ ਇੱਕ ਸਿੱਖ ਅਜਾਇਬ ਘਰ ਬਣਾ ਸਕਾਂ ਅਤੇ ਇੱਕ ਆਉਣ ਵਾਲੇ ਟਾਈਮ 'ਚ ਇੱਕ ਅਕਾਲ ਸਾਏ ਅਜਾਇਬ ਘਰ ਮੈਂ ਆਪਣਾ ਬਣਾ ਰਿਹਾ ਜਿਹ 'ਚ ਸਾਰੀਆਂ ਚੀਜ਼ਾਂ ਡਿਸਪਲੇ ਕੀਤੀਆਂ ਜਾਣਗੀਆਂ। ਹੁਣ ਤੱਕ ਅੱਜ ਇਹ ਮੇਰੀ 237ਵੀਂ ਪ੍ਰਦਰਸ਼ਨੀ ਸੀ ਹੁਣ ਤੱਕ ਮੈਂ ਪਿਛਲੇ 35 ਸਾਲ 'ਚ ਅਲੱਗ ਅਲੱਗ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ 'ਚ ਜਾ ਕੇ ਅਗਲੀ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਇਹ ਦੱਸਦੇ ਹਾਂ ਕਿ ਸਾਡੀ ਵਿਰਾਸਤ ਕੀ ਸੀ ਅਤੇ ਅੱਜ ਇਹ ਮੇਰਾ ਉਪਰਾਲਾ ਸਫਲ ਹੈ ਕਿਉਂਕਿ ਇੱਥੇ ਬਹੁਤ ਸਾਰੇ ਬੱਚੇ ਸਕੂਲਾਂ ਦੇ ਆਏ ਹੋਏ ਆ ਕਾਲਜਾਂ ਦੇ ਬੱਚੇ ਆ ਮਿਲਟਰੀ ਵਾਲੇ ਆ
वह सारे ये हथियार देख के बहुत खुशी होंगी। अजक जे हथियार असं देखते हैं भी अजक तो हूँ मिजाइल युग है कि एक बटन दबिया तो सारा दे एक शहर तबाह हो सकता, पर कोई समा सी जो वन टू वन फाइट होंगी सी, बहादरी जी उदों नापी जाती सी कि बंदे जे ताकत होंगी सी जितता सी, ये उस समय को दिखाने लिए उन्होंने योध्या की बहादरी की जी गाथा अज इतने दिखाई गई है। बिल्कुल, जिस तरह ने कहा कि यह जो हथियार ने जो कि मुगलों की गल की जाए जा पुराने समय की गल की जाए जो ये हथियार वरते जाते सी, सो इन्हों वल की गल की जाए तो इन्होंने बहुत जरा वडमूला खजाना जरा संभाल के रखा है जो कि अज लोगों जरा प्रदर्शनी के राही दस रहे हैं। सो एक म्यूजियम बनाने की जी गल कर रहे हैं कि मेरा एक सुपना है भी मैं म्यूजियम बनाया जाए जिद चीज़ा जड़िया ने दुर्लभ चीज़ा ने वो सजा के रखिया जान ता जो लोग ने वो दूर दुराडे तो आके देख सकन। सो असी आस करते हैं कि इन्हें जी है मनोकामना जरूर पूरी होगी तो लोग जड़े ने इसका आनंद ले सकेंगे। पटियाला तो कैमरामैन कृष्ण के नाल अमरजीत सिंह की विशेष रिपोर्ट।